ਭਾਰਤੀ ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਨੇ ਕਿਹਾ ਕਿ ਇਸ ਸਾਲ ਦੇ 에ਅਰ ਫੋਰਸ ਡੇ ਪ੍ਰੇਡ ਚੰਡੀਗੜ੍ਹ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਕਿ ਵੱਡੇ ਸਮਾਗਮ ਨੂੰ ਦਿੱਲੀ ਤੋਂ ਬਾਹਰ ਵੀ ਕਰਵਾਇਆ ਜਾਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 에ਅਰ ਚੀਫ ਨੇ ਕਿਹਾ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਦੇਸ਼ ਦੇ ਨੌਜਵਾਨਾਂ ਨੂੰ ਭਾਰਤੀ ਹਵਾਈ ਫੌਜ ਦੀ ਤਾਕਤ ਦਿਖਾਉਣ ਦੇ ਮੰਤਵ ਨਾਲ ਇਸ ਸਾਲ 에ਅਰ ਫੋਰਸ ਡੇ ਪ੍ਰੇਡ ਨੂੰ ਇੱਕ ਨਵੀਂ ਥਾਂ 'ਤੇ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਸਾਲ 2006 ਤੋਂ ਹਰ ਵਾਰ 8 ਅਕਤੂਬਰ ਨੂੰ ਹਵਾਈ ਫੌਜ ਹਿੜਾ ਹਿڈن 에ਅਰ ਬੇਸ ਵਿਖੇ ਮਨਾਇਆ ਜਾਂਦਾ ਹੈ ਜੋ ਉੱਤਰ ਪ੍ਰਦੇਸ਼ ਦੀ ਗਾਜ਼ੀਆਬਾਦ ਵਿੱਚ ਪੈਂਦਾ ਹੈ ਇਸ ਤੋਂ ਪਹਿਲਾਂ ਪਾਲਮ 에ਅਰ ਬੇਸ ਤੇ ਹਵਾਈ ਫੌਜ ਦਿਹਾੜਾ ਮਨਾਉਣ ਬਾਰੇ ਵੀ ਚਰਚਾ ਕੀਤੀ ਜਾ ਰਹੀ ਸੀ ਹਵਾਈ ਸੈਨਾ ਮੁਖੀ ਨੇ ਕਿਹਾ ਕਿ 에ਅਰ ਫੋਰਸ ਵੱਲੋਂ ਅਸਲ ਕੰਟਰੋਲ ਰੇਖਾ ਦੇ ਪਰ ਚੱਲ ਰਹੀਆਂ ਹਵਾਈ ਸਰਗਰਮੀਆਂ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਦੋਂ ਵੀ ਚੀਨ ਦੇ ਜਹਾਜ਼ एलएसीडी थोड़ा जिया भी ਨੇੜੇ ਆਉਂਦੇ ਨੇ ਤਾਂ 에어 ਫੋਰਸ ਦੇ ਲੜਾਕੂ ਜਹਾਜ਼ਾਂ ਵੱਲੋਂ ਦੁਸ਼ਮਣ ਦੇ ਜਹਾਜ਼ਾਂ ਨੂੰ ਖਦੇੜਨ ਅਤੇ ਸਿਸਟਮ ਨੂੰ ਹਾਈ ਅਲਰਟ ਤੇ ਰੱਖਣ ਦੇ ਟੁਕਮੇ ਪ੍ਰਬੰਧ ਕੀਤੇ ਜਾਂਦੇ ਨੇ ਅਗਨੀਬੱਧ ਭਾਰਤ ਭਰਤੀ ਯੋਜਨਾ ਬਾਰੇ ਹਵਾਈ ਫੌਜ ਦੇ ਮੁਖੀ ਚੀਫ ਮਾਰਸ਼ਲ ਵੀ ਆਰ ਚੌਧਰੀ ਨੇ ਕਿਹਾ ਕਿ ਇਸ ਤਹਿਤ 7.5 ਲੱਖ ਅਰਜ਼ੀਆਂ ਮਿਲੀਆਂ ਨੇ ਉਹਨਾਂ ਕਹੇ ਕਿ ਨੌਜਵਾਨਾਂ ਦੀ ਹਥਿਆਰਬੰਦ ਸੈਨਾ ਵਿੱਚ ਭਰਤੀ ਹੋਣ ਦੀ ਇੱਛਾ ਨੂੰ ਦਰਸਾਉਂਦਾ ਹੈ ਹਵਾਈ ਸੈਨਾ ਮੁਖੀ ਨੇ ਕਿਹਾ ਕਿ ਵੱਡੀ ਚੁਣੌਤੀ ਦਸੰਬਰ ਵਿੱਚ ਸਿਖਲਾਈ ਸ਼ੁਰੂ ਕਰਨ ਲਈ ਚੋਣ ਪ੍ਰਕਿਰਿਆ ਵਿਲੇ ਸਾਹਮਣੇ ਆਵੇਗੀ Integrated all these radars with our IACCS system. So, we are able to monitor the air activity across the LAC while sitting in one of our IACCS nodes. We have also bolstered the SAGW capability along the borders. We have increased the mobile observation posts along the borders and we get a lot of inputs from the army and other agencies who are also deployed there. So, the movements and the uh, the air, not uh, the air activity across the lsc is being continuously monitored by all of us. whenever we find that the uh, chinese aircraft or the rps are coming a little too close to the lsc, we take appropriate measures by scrambling our fighters or putting our systems on higher alert.